ਅਸਲਾਮੁ ਅਲੈਕੁਮ, ਵੈਲਕਮ ਟੂ ਅਫਤਾਰੀ ਵਲੌਗ। ਲਓ ਜੀ, ਅੱਜ ਸਾਡੀ ਅਫਤਾਰੀ ਆ। ਬੜੀ ਦੁਆਵਾਂ ਕਰ ਕਰਕੇ ਅਫਤਾਰੀ, ਅੱਜ ਸਾਨੂੰ ਫੋਨ ਆਇਆ ਵਾ ਬੜੀ ਮੁਸ਼ਕਲ। ਤੇ ਉਹ ਬੰਦਾ ਵਾ ਜਿਹਨੇ ਜਨਾਬ ਫੁੱਲ ਪ੍ਰੋਟੋਕੋਲ ਦਿੱਤਾ ਸਾਨੂੰ ਅੱਜ। ਅੱਛਾ, ਇਹ ਆਪਣਾ ਮਿਹਰਬਾਨ ਸਾਹਿਬ, ਇਹ ਉਹਦੇ ਛੋਟੇ ਭਾਈ ਵੱਡੇ, ਠੀਕ ਹੈ। ਆ ਇੱਧਰ ਗੁਫਰਾਨ ਸਾਹਿਬ ਪਕੌੜਿਆਂ ਵਾਲੇ, ਤੇ ਇੱਧਰ ਆਪਣੀ ਜਿਹੜੀ ਆ ਅਫਤਾਰੀ, ਉਹ ਬਿਲਕੁਲ ਰੈਡੀ ਹੈ। ਇਹ ਵੇਖੋ ਜੀ, ਲਓ ਜੀ, ਇਹ ਖਜੂਰਾਂ ਅੱਗੇ ਆ ਗਈ, ਸਟ੍ਰਾਬਰੀ ਪਕੌੜੇ ਤੇ ਸਮੋਸੇ ਤੇ ਇਹ ਚਾਵਲ। ਬਾਕੀ ਜਿਹੜਾ ਵਾ ਉਹ ਆ ਰਾਇਤਾ ਵਾ, ਜਿਹੜੀ ਆ ਦੁੱਧ ਵਾ, ਤੇ ਪਰੇ ਆ ਨਾਲ ਹੀ ਪਰੇ ਪਤਾ ਨੀ ਕੀ ਕੀ ਆ, ਉਹ ਬਾਅਦ ਚ ਤੁਹਾਨੂੰ ਰੇਡੀਓ ਚ ਦਿਖਾ ਦਾਂਗੇ ਕੀ, ਤੁਸੀਂ ਦੱਸ ਦਿਓ ਕਮੈਂਟ ਚ। ਤੇ ਹੁਣ ਹੋ ਗਿਆ ਰੋਜ਼ੇ ਖੁੱਲਣ ਦਾ ਟਾਈਮ, ਤੇ ਮਿਲਦੇ ਆ ਅਸੀਂ ਤੁਹਾਨੂੰ ਵੀਵਰ ਰੋਜ਼ੇ ਤੋਂ ਬਾਅਦ, ਠੀਕ ਹੈ ਜੀ। ਵੀਵਰਸ, ਵੈਲਕਮ ਬੈਕ। ਵੀਡੀਓ ਦਾ ਦੂਸਰਾ ਪਾਰਟ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੇ ਹੁਣ ਨਾ ਅਸੀਂ ਇਫਤਾਰੀ ਪੂਰੀ ਕਰਕੇ ਨਮਾਜ਼ ਨੂੰ ਪੜ੍ਹ ਕੇ ਵਿਹਲੇ ਹੋ ਗਏ, ਤੇ ਹੁਣ ਖਾਣੇ ਦਾ ਟਾਈਮ ਆ। ਮਾਸ਼ਾਅੱਲਾ, ਰਾਇਤਾ ਪਹੁੰਚ ਗਿਆ, ਰੋਟੀਆਂ ਵਾ, ਆ ਪਾਣੀ ਦਾ ਕੁੱਕਰ ਆ ਗਿਆ ਵੱਡਾ ਕੁੱਕੜ। ਕੁੱਕਰ ਦੇ ਵਿੱਚ ਸਾਰੇ ਪਾਣੀ ਪੀਣਗੇ। ਤੇ ਆ ਦੇਖੋ ਜੀ, ਚਾਟ ਨਾਲ ਰੋਟੀ ਦੇ ਨਾਲ ਕੌਣ ਚਾਟ ਖਾਂਦਾ। ਇੱਧਰ ਦੇਖੋ, ਨਾਲ ਰੋਟੀ ਦੇ ਨਾਲ ਚਿਪਸ ਤੇ ਰੋਲ, ਪਤਾ ਨੀ ਕੀ ਕੀ ਆ, ਖਾ ਕੇ ਦੱਸਾਂਗੇ। ਤੇ ਬਾਕੀ ਮਿਲਦੇ ਹਾਂ ਤੁਹਾਨੂੰ ਖਾਣੇ ਤੋਂ ਬਾਅਦ। ਲਓ ਜੀ, ਹਲੇ ਜਿਹੜੀ ਨਾ ਖਾਣਾ ਆ ਰਿਹਾ ਵਾ, ਹਲੇ ਨਾ ਕੁਛ ਚੀਜ਼ਾਂ ਆਈਆਂ ਨੇ ਤੇ ਕੁਛ ਚੀਜ਼ਾਂ ਰਹਿ ਗਈਆਂ ਨੇ, ਤੇ ਆਹ ਹੁਣ ਨਾ ਪਹੁੰਚ ਗਈਆਂ ਨੇ। ਮਾਸ਼ਾਅੱਲਾ, ਇੱਧਰ ਵੇਖੋ, ਇੱਕ ਸਾਈਡ 'ਤੇ ਚਿਕਨ ਆ, ਇੱਕ ਸਾਈਡ 'ਤੇ ਕੀ ਆ, ਬੀਫ ਆ, ਮਟਨ ਆ। ਇੱਕ ਮਿੰਟ ਜੀ, ਇੱਕ ਸਾਈਡ 'ਤੇ ਬੀਫ ਆ।